ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼। ਕੈਪਟਨ ਅਮਰਿੰਦਰ ਸਿੰਘ ਵੱਲੋਂ 6 ਨਵੇਂ ਸਲਾਹਕਾਰ ਨਿਯੁਕਤ ਕਰਨ ਮਗਰੋਂ ਪੰਜਾਬ ਸਰਕਾਰ ਪੂਰੀ ਤਰ੍ਹਾਂ ਸਵਾਲਾਂ ਵਿੱਚ ਘਿਰੀ ਹੋਈ ਹੈ, ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਕਾਫੀ ਲੰਮੇ ਸਮੇਂ ਬਾਅਦ ਮੀਡੀਆ ਦੇ ਸਾਹਮਣੇ ਆਏ। ਉਹਨਾਂ ਦਾ ਕਹਿਣਾ ਹੈ ਕਿ ਇਹ ਸਲਾਹਕਾਰ ਤਾਂ ਬਣਾਏ ਗਏ ਹਨ ਕਿਉਂਕਿ ਇਹ ਸਲਾਹਕਾਰ ਉਸ ਇਮਤਿਹਾਨ ਵਿੱਚੋਂ ਨਿਕਲ ਕੇ ਆਏ ਹਨ ਜਿਸ ਵਿੱਚੋਂ ਨਿਕਲਣਾ ਬਹੁਤ ਔਖਾ ਹੈ। ਉਹਨਾਂ ਦਾ ਕਹਿਣਾ ਕਿ ਹਰ ਕੰਮ ਕਰਨ ਦੇ ਲਈ ਸਲਾਹ ਬਹੁਤ ਜ਼ਰੂਰੀ ਹੁੰਦੀ ਹੈ। ਸੁਨੀਲ ਕੁਮਾਰ ਜਾਖੜ ਦਾ ਇਹ ਵੀ ਕਹਿਣਾ ਕਿ ਇਹ ਜ਼ਰੂਰੀ ਕਿ ਹਰ ਸਲਾਹ ਅਫਸਰ ਹੀ ਦੇਣ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀ ਨੇ ਸੁਨੀਲ ਕੁਮਾਰ ਜਾਖੜ 'ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਟੁੱਟਣ ਕਿਨਾਰੇ ਹੈ, ਇਸ ਕਰਕੇ ਕਾਂਗਰਸ ਪਾਰਟੀ ਆਪਣੇ ਰੁੱਸੇ ਵਿਧਾਇਕਾਂ ਨੂੰ ਮਨਾਉਣ ਦੇ ਲਈ ਉਸ ਨੂੰ ਸਲਾਹਕਾਰ ਨਿਯੁਕਤ ਕਰ ਰਹੀ ਹੈ। ਬਿਕਰਮ ਸਿੰਘ ਮਜੀਠੀ ਦਾ ਕਹਿਣਾ ਕਿ ਸੁਨੀਲ ਕੁਮਾਰ ਜਾਖੜ ਨੇ ਖੁਦ ਸਵੀਕਾਰ ਕਰ ਲਿਆ ਕਿ ਕੈਪਟਨ ਸਰਕਾਰ ਨੂੰ ਅਫਸਰਸ਼ਾਹੀ ਚਲਾਉਂਦੀ ਹੈ। ਇੱਥੇ ਕਿਵੇਂ ਬਹਿਸ ਹੋਈ ਸੁਨੀਲ ਕੁਮਾਰ ਜਾਖੜ ਅਤੇ ਬਿਕਰਮ ਸਿੰਘ ਮਜੀਠੀਆ ਵਿਚਕਾਰ, ਤੁਸੀਂ ਖੁਦ ਹੀ ਦੇਖ ਲਓ। ਕੋਈ MLA ਨਾਰਾਜ਼ ਨਹੀਂ, ਨਾਰਾਜ਼ਗੀ ਕਰਕੇ ਕਿਸੇ ਨੂੰ ਐਡਵਾਈਜ਼ਰ ਨਹੀਂ ਬਣਾਇਆ ਗਿਆ। ਮੈਂ ਅੰਦਰ ਵੀ ਆ ਗੱਲ ਕਹਿ ਗਿਆ, ਹੁਣ ਮੈਂ ਤੁਹਾਡੇ ਸਾਹਮਣੇ ਵੀ ਕਹਿ ਰਿਹਾ। ਦੇਖੋ, ਰਾਜਨੀਤਿਕ ਸੈਟਅਪ ਦੇ ਅੰਦਰ ਸਲਾਹ ਉਹ ਹੀ ਦੇ ਸਕਦਾ ਜਿਹਨੇ ਰਾਜਨੀਤਿਕ ਇਮਤਿਹਾਨ ਪਾਸ ਕੀਤਾ ਹੋਵੇ। ਜਿਹੜਾ ਦੂਜੇ ਇਮਤਿਹਾਨ ਦੇ ਕੇ ਬਣ ਕੇ ਆ ਕੇ ਲੱਗਿਆ ਨਾ, ਉਹਨਾਂ ਨੂੰ ਸਲਾਹ ਦੇਣ ਦਾ ਕੋਈ ਅਧਿਕਾਰ ਨਹੀਂ। ਸਾਬ ਮੈਂ ਹਟਾ ਨਹੀਂ, ਉਹਨਾਂ ਦੀ ਸਲਾਹ ਉੱਥੇ ਤਾਂ ਹੀ ਰਹੇ। ਰਾਜਨੀਤਿਕ ਸਲਾਹ ਜਿਹੜੀ ਹੈ, ਪ੍ਰੈਫਰੈਂਸ ਸ਼ੁੱਡ ਬੀ ਗਿਵਨ। ਇਸ ਕਰਕੇ ਕੈਪਟਨ ਸਾਹਿਬ ਨੇ ਜਿਹੜੇ ਲਾਏ ਹੈ, ਉਹਨਾਂ ਦਾ ਉਹ ਰਾਏ ਦੇਣਾ ਬਣਦੇ ਹੈ, ਕਿਉਂਕਿ ਉਹ ਉਸ ਅੱਗ 'ਚੋਂ ਨਿਕਲੇ ਹੈ ਸਾਹਿਬ। ਉਹਨਾਂ ਨੂੰ ਪਤਾ ਕਿਵੇਂ ਜਾ ਕੇ ਲੋਕਾਂ ਕੋਲ ਵਿਚਰੀਦਾ, ਲੋਕਾਂ ਦੀ ਸਮੱਸਿਆ ਕਾਗਜ਼ਾਂ 'ਚ ਇੱਥੇ ਸੈਕਟਰੀਏਟ 'ਚ ਬੈਠ ਕੇ ਪੂਰੀ ਨਹੀਂ ਹੁੰਦੀ। ਅਤੇ ਕੈਪਟਨ ਸਾਹਿਬ ਨੇ ਬਿਲਕੁਲ ਸਹੀ ਕੀਤਾ, ਜਿੱਥੇ ਲੋੜ ਪਊਗੀ ਸਾਹਿਬ ਉਨੇ ਬੰਦੇ ਲਾਏ ਜਾਣਗੇ। ਅਤੇ ਜਿੱਥੇ ਤਾਈਂ ਇਹ ਲੋਕ ਛਿੰਟਾਕਸ਼ੀ ਕਰ ਰਹੇ ਹੈ ਵੀ ਇਹਨਾਂ ਨੇ ਜੀ ਲਾਓ ਤਾਂ 17 ਮਿਨਿਸਟਰ ਅਤੇ ਇੱਕ ਚੀਫ ਮਿਨਿਸਟਰ ਸੀਗਾ ਅਤੇ ਇਹਨਾਂ ਨੇ 5 ਹੋਰ ਲਾ ਤੇ, ਮੈਂ ਇੱਕ ਸਵਾਲ ਇਹਨਾਂ ਨੂੰ ਕੋਈ ਪੁੱਛਣਾ ਚਾਹੁੰਦਾ। ਬਾਦਲ ਸਾਹਿਬ ਨੂੰ 2007 'ਚ ਆਉਂਦੇ ਇਹਨਾਂ ਨੂੰ ਜਦੋਂ CPS ਲਾਏ ਸੀਗੇ ਵਿਧਾਨ ਸਭਾ 'ਚ, ਮੈਂ ਪੁੱਛਿਆ ਸੀਗਾ, ਉਹ ਰਿਕਾਰਡ 'ਤੇ ਹੈ, ਤੁਸੀਂ ਕਢਾ ਕੇ ਦੇਖ ਲਓ, ਕਹੋ ਤਾਂ ਮੈਂ ਡੇਟ ਦੇਖ ਕੇ ਕੱਢ ਦੂੰਗਾ। ਬਾਦਲ ਸਾਹਿਬ ਨੇ ਕਿਹਾ ਸੀ ਜਾਖੜ ਸਾਹਿਬ ਉਦੋਂ ਅਸੀਂ ਅਪੋਜੀਸ਼ਨ 'ਚ ਸੀਗੇ, ਹੁਣ ਅਸੀਂ ਸਰਕਾਰ 'ਚ ਹਾਂ। ਅਤੇ ਉਹਨਾਂ ਵਾਲਾ ਫੈਸਲਾ 26 ਸੀਗੇ CPS ਇਹਨਾਂ ਦੇ, ਜਿਹੜੇ ਇੱਥੋਂ ਹਾਈਕੋਰਟ ਨੇ 2016 'ਚ ਇਹ ਖਾਰਜ ਕੀਤੇ ਸੀ। ਉਹਨਾਂ ਦੀ ਤਨਖਾਹ ਵਾਪਸ ਮੁੜਾਈ ਸੀ ਵੀ ਵਾਪਸ ਮੋੜੋ। ਜਿਹੜੇ ਆਮ ਆਦਮੀ ਪਾਰਟੀ ਵਾਲੇ ਬੋਲ ਰਹੇ ਹੈ, ਉਹਨਾਂ ਦੇ 21 MLA ਅਜੇ ਵੀ ਮੇਰੇ ਖਿਆਲ ਉਹਨਾਂ 'ਤੇ ਡਿਸਕੁਆਲੀਫਿਕੇਸ਼ਨ ਦੀ, ਕਿਉਂਕਿ ਉਹਨਾਂ ਨੇ ਬਣਾ ਤੇ ਸੀ। ਕੇਜਰੀਵਾਲ ਸਾਹਿਬ ਨੇ ਤਾਂ ਕਾਨੂੰਨ ਵੀ ਚੇਂਜ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਮੈਂ ਉਹਨਾਂ ਨੂੰ ਲੀਗਲ ਬਣਾ ਦਿਆਂ, ਉਹ ਨਹੀਂ ਹੋ ਸਕੀ। ਉਹ ਕਿਹੜੇ ਮੂੰਹ ਨਾਲ ਕਰ ਰਹੇ ਸਾਹਿਬ ਐਡਵਾਈਜ਼ਰ ਵਾਸਤੇ ਕਹਿ ਰਹੇ? ਐਡਵਾਈਜ਼ਰਸ ਆਰ ਰਿਕੁਆਇਰਡ, ਸਹੀ ਐਡਵਾਈਸ ਦੇਣ। ਆ ਕੋਈ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਹੈ ਨਹੀਂ ਵੀ ਅਫਸਰ ਹੀ ਰਾਏ ਦਿੰਦੇ ਰਹਿਣ। ਇਟ ਇਜ਼ ਆਈ ਥਿੰਕ ਪ੍ਰੈਰੋਗੇਟਿਵ ਦਾ ਚੀਫ ਮਿਨਿਸਟਰ ਵੀ ਜਿਹੜੇ ਰਾਜਨੀਤਿਕ ਬੰਦੇ ਆ ਉਹ ਆਪਣੀ ਸਲਾਹ ਦੇਣ। ਦੇ ਫੀਲ ਦਾ ਪਲਸ ਆਫ ਦਾ ਪੀਪਲ, ਲੋਕਾਂ ਦੀ ਨਬਜ਼ ਹੈ ਜੀ। ਸਭ ਤੋਂ ਪਹਿਲਾਂ ਤਾਂ ਜਾਖੜ ਸਾਹਿਬ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਉਹ ਜਿਹੜੇ ਉਦਾਸ ਸਨ ਜਾਂ ਰੁੱਸੇ ਸਨ ਜਾਂ ਕਹਿ ਸਕਦੇ ਆ ਬਨਵਾਸ 'ਤੇ ਗਏ ਸੀ, ਉਹ ਮੁੜ ਆਏ, ਉਹ ਤਾਂ ਆ ਗਏ ਆ ਵਾਪਸ। ਇਸ ਗੱਲ ਦਾ ਉਹਨਾਂ ਨੂੰ ਵਧਾਈ ਹੈ। ਮਗਰ ਜੇ ਉਹ ਰਾਹੁਲ ਗਾਂਧੀ ਜੀ ਨੂੰ ਵੀ ਮੋੜ ਲਿਆਉਂਦੇ ਤਾਂ ਸ਼ਾਇਦ ਇਹ ਜਿਹੜੀ ਐਮਰਜੈਂਸੀ ਟਾਈਪ ਸਿਚੁਏਸ਼ਨ ਕਾਂਗਰਸ 'ਚ ਖਤਮ ਖੜੀ ਹੋਈ ਸੀ ਉਹ ਖਤਮ ਹੋ ਜਾਂਦੀ। ਮਗਰ ਇਹ ਫੈਸਲਾ ਕਾਂਗਰਸ ਦਾ, ਕਿਹਨੇ ਆਉਣਾ ਕਿਹਨੇ ਨਹੀਂ ਆਉਣਾ, ਮਾਤਾ ਜੀ ਨੇ ਚਲਾਉਣਾ ਪੁੱਤਰ ਜੀ ਨੇ ਚਲਾਉਣਾ, ਇਸ ਗੱਲ 'ਚ ਮੈਂ ਨਹੀਂ ਜਾਂਦਾ। ਮਗਰ ਜਾਖੜ ਸਾਹਿਬ ਦੀ ਪਹਿਲੀ ਫੇਰੀ 'ਤੇ ਵਾਪਸੀ 'ਤੇ ਉਹਨਾਂ ਦਾ ਇਹ ਮੰਨਣਾ ਕਿ ਸਾਡੀ ਸਰਕਾਰ ਤਾਂ ਪੰਜਾਬ ਦੇ ਲੋਕਾਂ ਨੇ ਚੁਣੀ ਸੀ, ਮਗਰ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਨਹੀਂ ਇਹਨੂੰ ਚਲਾਉਂਦੇ, ਇਹਨੂੰ ਬਾਬੂਸ਼ਾਹੀ ਚਲਾਉਂਦੀ ਹੈ, ਇਹਨੂੰ ਬਿਊਰੋਕਰੇਸੀ ਚਲਾਉਂਦੀ ਹੈ। ਕਿ ਮਤਲਬ ਚੁਣੇ ਹੋਏ ਨੁਮਾਇੰਦਿਆਂ ਦੀ ਸੁਣਵਾਈ ਕੋਈ ਨਹੀਂ। ਹੁਣ ਮੈਨੂੰ ਇਹ ਨਹੀਂ ਗੱਲ ਸਮਝ ਆਉਂਦੀ ਕਿ ਜਿਹੜੇ ਪੰਜਾਬ ਦਾ ਖਜ਼ਾਨੇ ਦੀ ਲੁੱਟ ਕਰਕੇ ਸਮਝ ਆਉਂਦੀ ਹੈ ਕਿ ਮੁੱਖ ਮੰਤਰੀ ਜਾਂ ਮੰਤਰੀ ਮੰਡਲ 'ਤੇ ਜੋ ਖਰਚਾ ਹੁੰਦਾ ਉਹ ਕੌਂਸਟੀਟਿਊਸ਼ਨ ਹੀ ਕਹਿੰਦੀ ਹੈ ਕਿ ਆਪਣੀ ਸਰਕਾਰ ਨੇ ਚਲਾਉਣਾ।
ਮਗਰ ਇਹ ਨਹੀਂ ਸਮਝ ਆਉਂਦੀ ਕਿ ਜਿਹੜਾ ਐਕਸਟਰਾ ਬਰਡਨ ਖਜ਼ਾਨੇ ਨੂੰ, ਲੋਕਾਂ ਦੇ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ, ਜਦਕਿ ਕਿਸਾਨਾਂ ਨੂੰ ਕਿਸਾਨ ਖੁਦਕੁਸ਼ੀ ਨਹੀਂ ਰੁਕ ਰਹੀ, ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ, 750 ਕਰੋੜ ਰੁਪਈਆ ਗੰਨੇ ਦੇ ਕਿਸਾਨਾਂ ਦਾ ਨਹੀਂ ਮਿਲ ਰਿਹਾ। ਆ ਮੇਰੇ ਨਾਲ ਬਟਾਲਾ ਸਾਹਿਬ ਖਲੋਤੇ, ਇਹ ਉਹਨਾਂ ਪਿੰਡਾਂ ਦੇ ਆਪ ਹਾਲਾਤ ਬਿਆਨ ਕਰ ਸਕਦੇ ਜਿੱਥੇ ਹੜ੍ਹ ਆਏ ਸੀ। ਅੱਜ ਤੱਕ ਉੱਥੇ ਕੋਈ ਜਿਹੜਾ ਜਾਨੀ ਮਾਲੀ ਡੰਗਰਾਂ ਦਾ ਨੁਕਸਾਨ ਹੋਇਆ ਉੱਥੇ ਪੁੱਛਣ ਨਹੀਂ ਜਾ ਰਹੇ। ਐਸਸੀ ਸਕਾਲਰਸ਼ਿਪ ਨਹੀਂ ਮਿਲ ਰਹੀ ਮੁਲਾਜ਼ਮਾਂ ਨੂੰ, ਬੀਏ ਤੇ ਪੀਐਫ ਨਹੀਂ ਮਿਲ ਰਿਹਾ, ਘਰ ਘਰ ਨੌਕਰੀ ਨਹੀਂ ਮਿਲ ਰਹੀ, ਮਗਰ ਸਰਕਾਰ ਕੋਲ ਹਲੇ ਵੀ ਉਹ ਖਜ਼ਾਨਾ ਲੋਕਾਂ ਲਈ ਖਰਚਣ ਲਈ ਤਾਂ ਨਹੀਂ ਹੈ, ਮਗਰ ਆਪਦੇ ਐਡਵਾਈਜ਼ਰਾਂ ਤੇ ਸਰਕਾਰ ਨੂੰ ਬਚਾਉਣ ਲਈ, ਉਹ ਖਜ਼ਾਨਾ ਲੁਟਾਉਣ ਲਈ ਉਹਨਾਂ ਕੋਲ ਹਲੇ ਵੀ ਇਹ ਸੋਚ ਹੈ। ਮਗਰ ਮੈਨੂੰ ਅਖੀਰ 'ਚ ਫਿਰ ਇਹ ਗੱਲ ਨਹੀਂ ਸਮਝ ਆਉਂਦੀ ਕਿ ਕੀ ਐਡਵਾਈਜ਼ਰ ਹੁਣ ਮੁੱਖ ਮੰਤਰੀ ਸੁਪਰ ਮੁੱਖ ਮੰਤਰੀ ਰੱਖਦੇ। ਬਾਬੂ ਨੇ ਤਾਂ ਫਿਰ ਜਾ ਕੇ ਅਖੀਰ 'ਚ ਜਾਂ ਆਪਣੀ ਮਰਜ਼ੀ ਕਰਨੀ ਹੈ ਜਾਂ ਮੁੱਖ ਮੰਤਰੀ ਦੀ ਸੁਣੀ, ਕੀ ਐਡਵਾਈਜ਼ਰ ਦਾ ਕਿਹੜਾ ਇੱਕ ਨਵਾਂ ਸੰਵਿਧਾਨ ਦਾ ਕਿਹੜਾ ਨਵਾਂ ਪੰਨਾ ਅੱਜ ਕਾਂਗਰਸ ਲਿਆਈ ਹੈ ਜਿਹੜਾ ਇਹ ਐਡਵਾਈਜ਼ਰਾਂ ਦੀ ਮੁੱਖ ਮੰਤਰੀ ਸਾਹਿਬ ਤੋਂ ਵੱਧ ਸੁਣੂਗੀ ਜਾਂ ਕੌਂਸਲ ਆਫ ਮਿਨਿਸਟਰ ਤੋਂ ਵੱਧ ਸੁਣੀ ਜਾਊਗੀ, ਕਿਉਂਕਿ ਸਰਕਾਰ ਇਲੈਕਟਡ ਵਾਇਸ ਹੈ ਇਸ ਸੂਬੇ ਦੀ, ਤੇ ਜਦ ਉਹਨਾਂ ਦੀ ਨਹੀਂ ਚੱਲ ਰਹੀ ਤੇ ਐਡਵਾਈਜ਼ਰਾਂ ਨੇ ਕੀ ਚਲਾ ਦੇਣਾ ਕੰਮ। ਮੈਂ ਸਮਝਦਾ ਇਹ ਭੰਬਲ ਭੂਸਾ ਜਿਹੜਾ ਤੁਹਾਡੇ ਅਖਬਾਰਾਂ 'ਚ ਪਾਇਆ ਜਾ ਰਿਹਾ ਜਾਂ ਲੋਕਾਂ ਦੇ ਮਨਾਂ 'ਚ ਪਾਇਆ ਜਾ ਰਿਹਾ, ਇਹ ਸਿਰਫ ਤੇ ਸਿਰਫ 2004 ਦੀ ਸਥਿਤੀ ਨਾਲ ਮੁੜੇ, ਜਦੋਂ ਕਾਂਗਰਸ ਦੋ ਪਾੜ ਹੋ ਗਈ ਸੀ, ਸਰਕਾਰ ਟੁੱਟ ਚੱਲੀ ਸੀ, ਬੀਬੀ ਭੱਠਲ ਤੇ ਕੈਪਟਨ ਦੀ ਉਹ ਫੇਮਸ ਲੜਾਈ। ਅੱਜ ਮੈਂ ਕਹਿ ਸਕਦਾ ਸ਼ਾਇਦ ਤੁਸੀਂ ਭਾਵੇਂ ਪ੍ਰਤਾਪ ਬਾਜਵਾ ਤੇ ਕੈਪਟਨ ਅਮਰਿੰਦਰ ਦੀ ਲੜਾਈ ਲੈ ਲਓ ਜਾਂ ਕੁਛ ਹੋਰ, ਜਿਹੜੇ ਇੱਕ ਮੰਤਰੀ ਦੇ ਨਾਲ ਜਿਨ੍ਹਾਂ ਨੇ ਸਹੁੰ ਖਾਧੀ ਸੀ, ਅੱਜ ਉਹ ਮੰਤਰੀ ਤੋਂ ਪਾਸੇ ਹੋ ਗਏ ਆ ਤੇ ਉਹ ਐਡਵਾਈਜ਼ਰ ਬਣ ਗਏ ਆ, ਇਸ ਲਈ ਉਹ ਗੱਠਜੋੜ ਤੋੜਨ ਵਾਸਤੇ ਮੁੱਕਦੀ ਗੱਲ ਸਿਰਫ ਤੇ ਸਿਰਫ ਸਰਕਾਰ ਨੂੰ ਬਚਾਉਣ ਵਾਸਤੇ, ਸਰਕਾਰ ਦਾ ਸਮਝੋ ਵੀਲ ਚੇਅਰ ਤੇ ਹੈ, ਹੁਣ ਕੀ ਕੰਮ ਕਰਨਾ ਕੀ ਨਹੀਂ ਕਰਨਾ ਇਹ ਹਾਲਾਤ ਤੁਹਾਡੇ ਸਭ। ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼।